ਸਟੂਡੈਂਟ ਲੀਡਰ ਹਾਂ ਮੈਂ ਇਹਦੇ ਵਿੱਚ, ਅਤੇ ਬਾਕੀ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂਗੀ, ਮੈਂ ਜ਼ਿਆਦਾ ਸਪੋਇਲਰਸ ਨਹੀਂ ਦਊਂਗੀ। ਪਰ ਜਿਹੜਾ ਮੇਰਾ ਕਿਰਦਾਰ ਹੈ ਉਹ ਥੋੜ੍ਹਾ ਜਿਹਾ ਹੱਟ ਕੇ ਕਿਰਦਾਰ ਹੈ। ਆਈ ਨੋ ਯਾਰ, ਸਾਰੇ ਕਹਿੰਦੇ, ਮੈਂ ਕਿਵੇਂ ਦੱਸਾਂ, ਇਹ ਕਿਰਦਾਰ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਆ। ਜਿਵੇਂ ਇੱਕ ਧਾਕੜ ਜਿਹੀ ਕੁੜੀ ਨਹੀਂ ਹੁੰਦੀ, ਹੁਣ ਰੋਡੇ ਕਾਲਜ ਆਪਾਂ ਗੁੰਡਾਗਰਦੀ ਹੈ ਨਾ, ਮਾੜ ਧਾੜ ਸਿਆਸਤ ਇਹ ਸਾਰਾ ਕੁਛ ਦੇਖ ਰਹੇ ਹਾਂ, ਪਰ ਉਹਨਾਂ ਦੇ ਮੂਹਰੇ ਇੱਕ ਕੁੜੀ ਖੜੀ ਹੁੰਦੀ ਹੈ ਆਪ, ਹੈ ਨਾ। ਅਤੇ ਕੁੜੀਆਂ ਵਿਮੈਨ ਇੰਪਾਵਰਮੈਂਟ ਦੀ ਜਿਹੜੀ ਫਿਲਮ ਦੇ ਵਿੱਚ ਗੱਲ ਹੋ ਰਹੀ ਹੈ ਉਹ ਨੂਰ ਕਰੂਗੀ। ਸਵੇਰੇ ਵੀ 9 ਵਜੇ ਜਿਵੇਂ ਕਾਲਜ ਜਾਈਦਾ ਉਵੇਂ ਕਾਲਜ ਜਾਂਦੇ ਸੀ, ਵੀ ਜਿਵੇਂ ਪੜ੍ਹੀਦਾ ਉਵੇਂ ਅਸੀਂ ਮਸਤੀ ਨਾਲ ਸ਼ੂਟ ਕਰਦੇ ਸੀਗੇ, ਖਾ ਪੀ ਕੇ ਫਿਰ ਅੱਛਾ ਪੈਕਅਪ ਹੋ ਗਿਆ, ਚਲੋ ਜੀ ਸਕੂਲ ਤੋਂ ਘਰ ਚਲੇ ਗਏ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਸੈਵਨ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪਹੁੰਚੇ ਸੀ ਰੋਡੇ ਕਾਲਜ ਦਾ ਟ੍ਰੇਲਰ ਲਾਂਚ ਦੇ ਵਿੱਚ। ਆਓ ਅੱਜ ਆਪਾਂ ਗੱਲਬਾਤ ਕਰਦੇ ਹਾਂ ਅਰਵਿੰਦ ਕੌਰ ਜੀ ਨਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੈਮ, ਟ੍ਰੇਲਰ ਦੇਖ ਕੇ ਤਾਂ ਬਹੁਤ ਮਜ਼ਾ ਆਇਆ ਸਾਨੂੰ, ਤੁਹਾਡੀ ਮਿਹਨਤ ਵੀ ਦਿਖ ਰਹੀ ਹੈ ਕਿ ਹਾਂ ਤੁਸੀਂ ਸਾਰਿਆਂ ਨੇ ਮਿਲ ਕੇ ਟੀਮ ਨੇ ਮਿਹਨਤ ਵੀ ਬਹੁਤ ਕੀਤੀ ਹੈ। ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਰੋਲ ਮੇਨ ਇਸ 'ਚ ਕੀ ਹੈ? ਮੇਰਾ ਮੇਨ ਰੋਲ ਹੀ ਹੈ ਜੀ ਇਹਦੇ 'ਚ, ਸਟੂਡੈਂਟ ਲੀਡਰ ਹਾਂ ਮੈਂ ਇਹਦੇ ਵਿੱਚ। ਅਤੇ ਬਾਕੀ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂ, ਮੈਂ ਜ਼ਿਆਦਾ ਸਪੋਇਲਰਸ ਨਹੀਂ ਦਊਂਗੀ। ਪਰ ਜਿਹੜਾ ਮੇਰਾ ਕਿਰਦਾਰ ਹੈ ਉਹ ਥੋੜ੍ਹਾ ਜਿਹਾ ਹੱਟ ਕੇ ਕਿਰਦਾਰ ਹੈ। ਆਈ ਨੋ ਯਾਰ, ਸਾਰੇ ਕਹਿੰਦੇ, ਮੈਂ ਕਿਵੇਂ ਦੱਸਾਂ, ਇਹ ਕਿਰਦਾਰ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਆ। ਜਿਵੇਂ ਇੱਕ ਧਾਕੜ ਜਿਹੀ ਕੁੜੀ ਨਹੀਂ ਹੁੰਦੀ, ਹੁਣ ਰੋਡੇ ਕਾਲਜ ਆਪਾਂ ਗੁੰਡਾਗਰਦੀ ਹੈ ਨਾ, ਮਾੜ ਧਾੜ ਸਿਆਸਤ ਇਹ ਸਾਰਾ ਕੁਛ ਦੇਖ ਰਹੇ ਹਾਂ, ਪਰ ਉਹਨਾਂ ਦੇ ਮੂਹਰੇ ਇੱਕ ਕੁੜੀ ਖੜੀ ਹੁੰਦੀ ਹੈ ਆਪ, ਹੈ ਨਾ। ਅਤੇ ਕੁੜੀਆਂ ਵਿਮੈਨ ਇੰਪਾਵਰਮੈਂਟ ਦੀ ਜਿਹੜੀ ਫਿਲਮ ਦੇ ਵਿੱਚ ਗੱਲ ਹੋ ਰਹੀ ਹੈ ਉਹ ਨੂਰ ਕਰੂਗੀ। ਤੁਸੀਂ ਇਹ ਸਟੋਰੀ ਪਹਿਲੇ ਹੈਪੀ ਜੀ ਨੇ ਤੁਹਾਨੂੰ ਦੱਸੀ ਵੀ ਹੋਣੀ ਕਿ ਆਹ ਸਟੋਰੀ ਹੈ, ਤੁਸੀਂ ਪਹਿਲੀ ਵਾਰ 'ਚ ਹਾਂ ਕਰਤੀ ਜਾਂ ਕੁਛ ਟਾਈਮ ਲੈ ਕੇ ਹਾਂ ਕੀਤੀ? ਹਾਂ, ਮੈਂ ਅਸੀਂ ਸਰ ਹੁਣੀ ਨੇ ਜਦੋਂ ਮੈਨੂੰ ਬੁਲਾਇਆ ਸੀ, ਮੇਰਾ ਪਲੇ ਚੱਲ ਰਿਹਾ ਸੀ, ਉਸ ਤੋਂ ਬਾਅਦ ਜਦੋਂ ਮੁਲਾਕਾਤ ਹੋਈ, ਮੀਟਿੰਗ ਹੋਈ, ਉਸ ਤੋਂ ਬਾਅਦ ਆਡੀਸ਼ਨ ਹੋਇਆ, ਆਡੀਸ਼ਨ ਤੋਂ ਬਾਅਦ ਮੈਨੂੰ ਨਰੇਸ਼ਨ ਦਿੱਤੀ, ਨਰੇਸ਼ਨ ਦੇਣ ਤੋਂ ਬਾਅਦ ਮੈਂ ਕਿਹਾ ਸਰ ਸਟੋਰੀ ਤੁਹਾਡੀ ਬਹੁਤ ਵਧੀਆ। ਫਿਰ ਸਰ ਨੇ ਮੈਨੂੰ ਸਕ੍ਰਿਪਟ ਦਿੱਤੀ, ਸਕ੍ਰਿਪਟ ਤੋਂ ਬਾਅਦ ਡਿਸਕਸ਼ਨਸ ਹੋਈਆਂ ਸਾਡੀਆਂ, 2-3 ਮੀਟਿੰਗਸ ਹੋਈਆਂ, ਡਿਸਕਸ਼ਨਸ ਹੋਈਆਂ, ਉਹ ਤੋਂ ਬਾਅਦ ਫਿਰ ਸਰ ਨੇ ਕਿਹਾ ਕਿ ਤੂੰ ਮੇਰੀ ਨੂਰ ਹੈ। ਫਿਰ ਉਸ ਤੋਂ ਬਾਅਦ ਅਸੀਂ, ਮੈਂ ਕਿਹਾ ਹਾਂਜੀ ਸਰ, ਮੈਂ ਬਿਲਕੁਲ ਨੂਰ ਹਾਂ। ਇਸ ਮੂਵੀ 'ਚ ਕਾਫੀ ਸੀਨੀਅਰ ਆਰਟਿਸਟ ਵੀ ਹੈਗੇ ਆ, ਵਿੱਕੀ ਸੁਵਿੰਦਰ ਜੀ ਹੈ ਜੋ ਬਹੁਤ ਸਾਰੇ ਅਵਾਰਡਸ ਵੀ ਆਲਰੇਡੀ ਜਿੱਤ ਚੁੱਕੇ, ਉਹਨਾਂ ਨਾਲ ਕੰਮ ਕਰਕੇ ਕਿਵੇਂ ਲੱਗਾ? ਮੇਰਾ ਮੂਵੀ ਦੇ ਵਿੱਚ ਉਹਨਾਂ ਨਾਲ ਕੋਈ ਹੈਗਾ ਨਹੀਂ, ਸੀਨ ਨਹੀਂ ਹੈਗਾ, ਨਾ ਹੀ ਉਹਨਾਂ ਨਾਲ ਸ਼ੂਟਿੰਗ ਦੇ ਦਿਨਾਂ ਦੇ ਵਿੱਚ ਮੇਰਾ ਉਹ ਹੋਇਆ, ਬਟ ਮੈਂ ਇੰਸਪਾਇਰ ਜ਼ਰੂਰ ਹੋਈ ਹਾਂ ਕਿ ਮੈਂ ਉਸੇ ਮੂਵੀ ਦਾ ਹਿੱਸਾ ਹਾਂ ਜਿੱਦਾਂ ਉਹ ਹਿੱਸਾ ਨੇ। ਓਬਵੀਅਸਲੀ ਇੰਸਪਾਇਰਿੰਗ ਹੁੰਦਾ, ਦੇਖਣ 'ਚ ਵੀ, ਕੰਮ ਕਰਨ 'ਚ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ, ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਸਪੈਸ਼ਲੀ ਮਾਨਵ ਸਰ ਨਾਲ ਮੈਂ ਕੰਮ ਕੀਤਾ, ਜਦੋਂ ਉਹਨਾਂ ਨੇ ਅਹਿਸਾਸ ਹੀ ਨਹੀਂ ਕਰਾਇਆ ਕਿ ਹਾਂ ਉਹ ਐਡੇ ਵੱਡੇ ਨੇ, ਅਤੇ ਮੈਂ ਉਹਨਾਂ ਨੂੰ ਦੇਖਦੀ ਹੁੰਦੀ ਸੀ, ਅਤੇ ਉਹ ਜਦੋਂ ਨੈਕਸਟ ਮੇਰੇ ਬੈਠੇ ਤਾਂ ਉਹ ਸਭ ਤੋਂ ਜ਼ਿਆਦਾ ਇੱਕ ਸੋਹਣੀ ਫੀਲਿੰਗ ਸੀ। ਤਨਵੀਰ ਸਰ, ਐਵਰੀਬਡੀ, ਸਾਰੇ ਐਕਟਰਸ, ਸਾਰਿਆਂ ਨਾਲ ਕੰਮ ਕਰਕੇ ਸਿੱਖਣ ਨੂੰ ਮਿਲਿਆ, ਸਾਰਿਆਂ ਨਾਲ ਅਮੇਜ਼ਿੰਗ ਸੀਗਾ। ਕੋਈ ਸਪੈਸ਼ਲ ਮੂਮੈਂਟ ਬਿਹਾਈਂਡ ਦਾ ਕੈਮਰਾ ਤੁਹਾਡੀ ਰਹੀ ਹੋਵੇ ਇਸ ਮੂਵੀ ਦਾ? ਸਾਰੀ ਸਪੈਸ਼ਲ ਸੀਗੀ। ਪਹਿਲੀ ਗੱਲ ਤਾਂ ਇਹ ਹੈ ਕਿ ਸਰ ਉਹਨਾਂ ਨੇ ਇੰਨਾ ਜ਼ਿਆਦਾ ਸਾਨੂੰ ਆਪਸ 'ਚ ਕੰਫਰਟੇਬਲ ਕਰਤਾ ਸੀ, ਕਿਉਂਕਿ ਕਾਲਜ ਦੇ ਬੱਚਿਆਂ ਦਾ ਆਪਸ ਦੇ ਵਿੱਚ ਪਿਆਰ ਦਿਖਾਉਣਾ ਸੀ, ਤਾਂ ਫਿਰ ਉਹ ਜਦ ਨਾਲ ਜਦੋਂ ਰਹੋ ਤਾਂ ਤੁਸੀਂ ਜਦੋਂ ਉਦੋਂ ਹੀ ਦਿਖਾਵਾਂਗੇ, ਫਿਰ ਸਾਨੂੰ ਇਕੱਠੇ ਹੀ ਕਰਤਾ। ਉਹ ਤੋਂ ਬਾਅਦ ਅਸੀਂ ਰੋਜ਼ ਆਏ ਜਾਂਦੇ ਸੀ, ਸਵੇਰੇ ਵੀ 9 ਵਜੇ ਜਿਵੇਂ ਕਾਲਜ ਜਾਈਦਾ ਉਵੇਂ ਕਾਲਜ ਜਾਂਦੇ ਸੀ, ਵੀ ਜਿਵੇਂ ਪੜ੍ਹੀਦਾ ਉਵੇਂ ਅਸੀਂ ਮਸਤੀ ਨਾਲ ਸ਼ੂਟ ਕਰਦੇ ਸੀਗੇ, ਖਾ ਪੀ ਕੇ ਫਿਰ ਅੱਛਾ ਪੈਕਅਪ ਹੋ ਗਿਆ, ਚਲੋ ਜੀ ਸਕੂਲ ਤੋਂ ਘਰ ਚਲੇ ਗਏ, ਫਿਰ ਜਾ ਕੇ ਅਸੀਂ ਇੱਦਾਂ ਹੀ ਚਲੇ ਜਾਂਦੇ ਸੀ। ਪਰ ਸਭ ਤੋਂ ਅਮੇਜ਼ਿੰਗ ਮੂਮੈਂਟਸ ਹੁੰਦੀ ਸੀ ਜਦ ਇਕੱਠੇ ਬਹਿ ਕੇ ਖਾਣਾ ਖਾਂਦੇ ਸੀ, ਸਾਰੀਆਂ ਚੀਜ਼ਾਂ ਅਮੇਜ਼ਿੰਗ ਸੀਗੀਆਂ, ਹਰ ਇੱਕ ਮੂਮੈਂਟ, ਛੋਟੀ ਛੋਟੀ ਹਰ ਇੱਕ ਚੀਜ਼ ਉੱਥੇ ਦੀ ਅਮੇਜ਼ਿੰਗ ਸੀ। ਯੋਗਰਾਜ ਜੀ ਨੂੰ ਵੀ ਤੁਸੀਂ ਮਿਲੇ ਹੋ ਜਾਂ ਛੱਡਦੇ? ਬਿਲਕੁਲ ਮਿਲੀ ਹਾਂ ਸਰ। ਕਿਵੇਂ ਲੱਗਾ ਉਹਨਾਂ ਨਾਲ ਕੰਮ ਕਰਕੇ?
ਉਹਨਾਂ ਨਾਲ ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਸੀਨੀਅਰ ਨੇ ਅਤੇ ਬਹੁਤ ਵਧੀਆ ਉਹ ਪਿਆਰ ਨਾਲ ਸਾਰਿਆਂ ਨੂੰ ਗ੍ਰੀਟ ਕਰਦੇ ਨੇ, ਬਹੁਤ ਚੰਗਾ ਲੱਗਿਆ ਮੈਨੂੰ। ਕੋਈ ਡਾਂਟ ਡੂੰਟ ਤਾਂ ਨਹੀਂ ਪੈਂਦੀ ਸੀ ਸੀਨੀਅਰਸ ਵੱਲੋਂ ਜਾਂ ਕੁਛ ਇੱਦਾਂ? ਨਹੀਂ, ਅਸੀਂ ਅੱਛੇ ਬੱਚੇ ਹਾਂ। ਮੈਮ ਕੀ ਆਡੀਅੰਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਾਨਵਰ ਆਡੀਅੰਸ ਨੂੰ ਸਿਰਫ ਇਹੀ ਕਹਿਣੀ ਚਾਹੁੰਦੀ ਹੈ ਵੀ 7 ਜੂਨ ਨੂੰ ਸਾਡੀ ਫਿਲਮ ਆ ਰਹੀ ਹੈ ਰੋਡੇ ਕਾਲਜ, ਪਲੀਜ਼ ਸਾਨੂੰ ਚਾਂਸ ਦਿਓ ਅਤੇ ਸਾਨੂੰ ਤੁਹਾਡਾ ਪਿਆਰ ਬਹੁਤ ਜ਼ਰੂਰੀ ਹੈ ਅਤੇ ਸਾਡੇ ਨਾਲ ਹੌਸਲਾ ਬਣ ਕੇ ਖੜ੍ਹੇ ਹੋਇਓ। ਥੈਂਕ ਯੂ ਸੋ ਮਚ। ਥੈਂਕ ਯੂ।